ਗ੍ਰੇਟਰ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦੌੜ ਲਗਾਈ ਜਾ ਰਹੀ ਹੈ। ਜਦੋਂ ਇਹ ਦੌੜ ਰੋਪੜ ਵਿਖੇ ਪੁੱਜੀ ਤਾਂ ਇਸਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌੜ ਵਿੱਚ ਹਰ ਉਮਰ ਦੇ 1000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਇਹ ਦੌੜ ਪਿੰਡਾਂ ਵਿੱਚ ਹੁੰਦੀ ਹੋਈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਵੀ ਦਿੰਦੀ ਹੈ। ਇਹ ਦੌੜ ਇੱਕ ਵੱਡੀ ਮਲਟੀਸਿਟੀ ਦੌੜ ਹੈ ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। Important to do sport, to do something. We just finished a 50 kilometer run, but even people who do a 2, 3, 4, 5 kilometer run, it's important to always be active. It's good for the lungs, good for the heart, good for the muscles, and it ensures a longer life. So just instead of sitting down on social media or video games or television, get up, go out 3, 4, 5 times a week, even if it's just for half an hour, it is better than nothing. Punjab hai eh Guru Nanak Dev ji de 550 saal Gurpurab nu amarpit hai te eh run the second edition hai, pehli wari vi ho chuki hai. ਅਸੀਂ ਇਹ ਮੈਸੇਜ ਸਪਰੈਡ ਕਰਨਾ ਚਾਹੁੰਦੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਪਰਾਲੀ ਨਾ ਜਲਾਉਣ, ਉਹਨਾਂ ਦੇ ਹੱਕ ਦੀ ਗੱਲ ਕਰਦੇ ਹਾਂ। ਅਤੇ ਇਹ ਜਿਹੜੀ 200 ਕਿਲੋਮੀਟਰ ਦੀ ਦੌੜ ਹੈ, ਇਹ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕਣ ਪਿੰਡਾਂ ਵਿੱਚੋਂ ਹੁੰਦੀ ਹੋਈ ਜਾਂਦੀ ਹੈ। 14 ਅਸੀਂ ਪਿੰਡ ਕਵਰ ਕੀਤੇ ਨੇ ਅਤੇ ਤੁਸੀਂ ਵੇਖੋਗੇ ਇੱਥੇ 50 ਰਨਰਸ ਹੈਗੇ ਨੇ ਜਿਨ੍ਹਾਂ ਨੇ ਦੌੜ ਕੇ ਚੰਡੀਗੜ੍ਹ ਤੋਂ ਰੋਪੜ ਪਹੁੰਚੇ ਨੇ ਅਤੇ ਅੱਗੋਂ ਕਈ ਜਾ ਰਹੇ ਨੇ ਹੋਲ ਡਿਸਟੈਂਸ ਅੰਮ੍ਰਿਤਸਰ ਤੱਕਣ। ਅਤੇ ਇਹ ਇਹਦਾ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਹੋਲ ਖਿਲਦਾ ਬਣਾਈਏ, ਪੰਜਾਬ 'ਚ ਅਸੀਂ ਤਰੱਕੀ ਲਾਈਏ, ਪੰਜਾਬ 'ਚ ਅਸੀਂ ਫਿਟਨੈਸ ਲਾਈਏ, ਇਹ ਮਕਸਦ ਹੈ ਇਸ ਰਨ ਦਾ। ਮੇਰਾ ਨਾਮ ਅਮਿਤ ਮਹਾਜਨ ਹੈ ਜੀ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਅਤੇ ਇਸ ਮੈਰਾਥਨ ਨੂੰ ਕਰਨ ਵਾਸਤੇ ਆਪਾਂ ਬੜੀ ਪ੍ਰੈਕਟਿਸ ਕੀਤੀ। 50 ਕਿਲੋਮੀਟਰ ਜੋ ਕਿ ਦੌੜ ਲਗਾਉਣੀ ਮਹਿਕ ਮੈਡਮ ਅਤੇ ਉਹਨਾਂ ਦੇ ਸਹਿਯੋਗੀਆਂ ਕਾਰਨ ਹੀ ਲਗਾ ਸਕੇ ਹਾਂ। ਅਤੇ ਮੇਰਾ ਸੰਦੇਸ਼ ਸਿਰਫ ਇਹੀ ਹੈ ਕਿ ਯੁਵਾਵਾਂ ਨੂੰ ਅਸੀਂ ਖੇਡਾਂ ਨਾਲ ਜੋੜੀਏ। ਵੈਸੇ ਪੰਜਾਬ ਵਿੱਚ ਤੁਸੀਂ ਅੱਜ ਵੇਖ ਹੀ ਲਿਆ ਕਿ ਨੌਜਵਾਨਾਂ ਵਿੱਚ ਬਹੁਤ ਹੀ ਸ਼ਕਤੀ ਹੈ। ਉਹ 50 ਕਿਲੋਮੀਟਰ 200 ਕਿਲੋਮੀਟਰ ਤੱਕ ਕਰ ਰਿਹਾ। ਜਿਹੜੇ ਲੋਕ ਕਹਿ ਰਹੇ ਆ ਕਿ ਪੰਜਾਬ ਨਸ਼ਿਆਂ ਨਾਲ ਜੁੜ ਰਿਹਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਜੁੜ ਰਿਹਾ, ਪੰਜਾਬ ਦੇ ਯੁਵਾ ਖੇਡਾਂ ਨਾਲ ਜੁੜ ਰਿਹਾ ਅਤੇ ਸਾਡੇ ਦੇਸ਼ ਦਾ ਮਾਨ ਸਨਮਾਨ ਵਧਾ ਰਿਹਾ। Hi, I'm Timu Sapra. I just completed my 50 kilometers ultra run, which was absolutely thrill for me. And I had a reason to do it because I want all women to know that be a warrior and not a warrior. We all gotta have that strength in us to fulfill our desires. And we don't need to be fearful for this. We need to be brave enough to face it. Mera naam Amit Handa hai, main Amritsar ton hai. Main ek chartered accountant hai. ਸੰਦੇਸ਼ ਮੈਂ ਇਹ ਦੇਣਾ ਚਾਹੁੰਦਾ ਕਿ ਸਾਡਾ ਸਰੀਰ ਜਿਹੜਾ ਹੈਗਾ ਉਹੀ ਉਹ ਸਾਡਾ ਪਹਿਲਾ ਘਰ ਹੈਗਾ। ਆਪਾਂ ਆਪਣੇ ਸਰੀਰ ਦਾ ਧਿਆਨ ਰੱਖੀਏ, ਭਾਵੇਂ ਕਿਸੇ ਵੀ ਤਰ੍ਹਾਂ ਤੋਂ ਕੋਈ ਵੀ ਆਪਣਾ ਫਿਟਨੈਸ ਐਕਟੀਵਿਟੀ ਕਰੀਏ, ਰਨਿੰਗ ਕਰੀਏ, ਯੋਗਾ ਕਰੀਏ, ਜਿਮਿੰਗ ਕਰੀਏ, ਲੇਕਿਨ ਕੁਛ ਨਾ ਕੁਛ ਕਰੀਏ ਜ਼ਰੂਰ ਅਤੇ ਨਸ਼ਿਆਂ ਤੋਂ ਆਪਣਾ ਦੂਰ ਰਹੀਏ। ਪੰਜਾਬ ਦੇ ਵਿੱਚ ਆਪਣਾ ਨਸ਼ੇ ਜਿਹੜੇ ਕਾਫੀ ਹੈ ਅਤੇ ਇਹਨਾਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਦਾ ਧਿਆਨ ਰੱਖੀਏ। ਇਹ ਜਿਹੜਾ TGRP ਦਾ ਈਵੈਂਟ ਸੀ ਆਪਣਾ ਬਹੁਤ ਵਧੀਆ ਈਵੈਂਟ ਸੀ, 50 ਕਿਲੋਮੀਟਰ ਵਾਸਤੇ ਬਹੁਤ ਵਧੀਆ ਆਪਣਾ ਇਹਨਾਂ ਨੇ ਮੈਡਮ ਨੇ ਆਪਣਾ ਪਿੰਡਾਂ ਦੇ ਵਿੱਚੋਂ ਲਿਆ ਕੇ ਸੜਕਾਂ ਕਾਫੀ ਆਪਣਾ ਸਾਫ਼ ਸੁਥਰੀਆਂ ਆਪਣਾ ਕਵਰ ਕੀਤੀਆਂ ਅਤੇ ਬਹੁਤ ਆਨੰਦ ਆਇਆ ਆਪਣਾ, ਲੋਕਾਂ ਨੇ ਬਹੁਤ ਇੰਜੋਏ ਕੀਤਾ ਕਾਫੀ। ਹਾਂ, ਕਾਫੀ ਮਤਲਬ ਅੰਦਰੋਂ ਲੋਕਾਂ ਨੇ ਦੇਖਿਆ ਵੀ ਆਪਣਾ ਹੁੰਦੇ ਹੋਏ, ਪਿੰਡਾਂ ਦੇ ਵਿੱਚੋਂ ਵੀ ਲੋਕਾਂ ਨੇ ਦੇਖਿਆ, ਸਾਨੂੰ ਪੁੱਛਿਆ ਵੀ ਕਿ ਤੁਸੀਂ ਕੀ ਕਰਦੇ ਪਏ ਅਤੇ ਉਹਨਾਂ ਨੂੰ ਵੀ ਆਪਾਂ ਸਮਝਾਇਆ ਕਿ ਯਾਰ ਆਪਾਂ ਇਹਦਾ ਕੀ ਆਪਣਾ ਪਰਪਸ ਹੈਗਾ, ਕੀ ਓਬਜੈਕਟਿਵ ਹੈਗਾ, ਕਿ ਠੀਕ ਹੈ ਆਪਣੇ ਸਰੀਰ ਦੇ ਨਾਲ ਆਪਣਾ ਜਿਹੜੀ ਹੈ ਫਿਟਨੈਸ ਦੇ ਨਾਲ ਜੁੜਨਾ ਜ਼ਰੂਰੀ ਹੈਗਾ। ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣੇ ਸਰੀਰ ਦਾ ਧਿਆਨ ਰੱਖੋ। ਡਾਕਟਰ ਸਤੀਸ਼ ਸੰਗਵਾਨ, ਜਿਹੜੀ ਹੈ ਤੁਸੀਂ 12 ਤੋਂ 2 ਅੱਜ ਤੱਕ ਪਹੁੰਚੇ ਆ ਚੰਡੀਗੜ੍ਹ ਤੋਂ, ਕਿੰਨੇ ਕਿਲੋਮੀਟਰ ਦਾ ਡਿਸਟੈਂਸ? 50 ਕਿਲੋਮੀਟਰ ਦਾ ਡਿਸਟੈਂਸ ਥਾ। ਮਾਰਨਿੰਗ 6 o'clock ਸਟਾਰਟ ਕੀਆ ਹਮਨੇ ਔਰ ਯਹਾਂ ਪੇ ਮੈਨੇ 6.5 ਘੰਟੇ ਮੇਂ ਪੂਰੀ ਕੀ ਹੈ, ਤੋ 12:30 ਵਜੇ ਪਹੁੰਚੂਗਾ।